ਡੇਰਾ ਅਲਮਸਤ ਬਲੀਆਂ ਦਾ ਜਗਤਪੁਰਾ ਜੱਟਾਂ ਸਰਾਂ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਅਲਮਸਤ ਬਾਪੂ ਨਿਰੰਜਨ ਦਾਸ ਜੀ ਮਹਾਰਾਜ, ਧੰਨ ਧੰਨ ਗੁਰੂ ਦੇਵ ਸਾਹਿਬ ਅਲਮਸਤ ਬਾਪੂ ਅੰਮੀ ਚੰਦ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਮੇਲਾ ਜਗਤਪੁਰ ਜੱਟਾਂ ਦਾ ਮਸਤਾਂ ਦੇ ਦਰਬਾਰ ਦੇ ਅਲਮਸਤ ਬਾਪੂ ਸਤਪਾਲ ਦਾਸ ਪਾਲੀ ਦੀ ਅਗਵਾਈ ਵਿੱਚ ਬੀਬੀ ਜਸਵਿੰਦਰ ਕੌਰ ਸ਼ਸ਼ਾਂਤ ਰੱਤੂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 16 ਜੂਨ ਐਤਵਾਰ, 17 ਜੂਨ ਸੋਮਵਾਰ ਤੇ 18 ਜੂਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਵਿਸ਼ਵ ਪ੍ਰਸਿੱਧ ਐਕਟਰ, ਡਾਇਰੈਕਟਰ ਤੇ ਗੀਤਕਾਰ ਹਾਜ਼ਰੀ ਲਗਵਾਉਣ ਲਈ ਪੁੱਜ ਰਹੇ ਨੇ। ਮੇਲੇ ਦੇ ਪਹਿਲੇ ਦਿਨ 16 ਜੂਨ ਸ਼ਾਮ ਨੂੰ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਰਾਤ ਨੂੰ ਕਵਾਲੀ ਦੀ ਮਹਿਫਲ ਹੋਵੇਗੀ, ਜਿਸ ਵਿੱਚ ਉੱਚ ਕੋਟੀ ਦੇ ਕਵਾਲ ਹਾਜ਼ਰੀ ਲਗਵਾਉਣਗੇ। 17 ਜੂਨ ਨੂੰ ਸ਼੍ਰੀ ਗੁਰੂ ਰਵਿਦਾਸ ਜੀ, ਭਗਵਾਨ ਵਾਲਮੀਕ ਜੀ ਅਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਗਮਰਮਰ ਦੇ ਸੁੰਦਰ ਸਰੂਪ ਸੁਸ਼ੋਭਿਤ ਕੀਤੇ ਜਾਣਗੇ। ਬਾਅਦ ਦੁਪਹਿਰ ਸਟੇਜ ਦੀ ਸ਼ੁਰੂਆਤ ਹੋਵੇਗੀ ਜੋ ਦੇਰ ਰਾਤ ਤੱਕ ਚੱਲੇਗੀ। 18 ਜੂਨ ਨੂੰ ਦਿਨ ਅਤੇ ਰਾਤ ਨੂੰ ਸਟੇਜ ਦਾ ਪ੍ਰੋਗਰਾਮ ਹੋਵੇਗਾ। ਇਸ ਮੇਲੇ ਵਿੱਚ ਜਿਹੜੇ ਕਲਾਕਾਰ ਪੁੱਜ ਰਹੇ ਨੇ ਉਹਨਾਂ ਵਿੱਚ ਦੁਰਗਾ ਰੰਗੀਲਾ, ਰੇਕੀ ਸਿੰਘ, ਸਰਦਾਰ ਅਲੀ, ਸਾਰਥੀ ਕੇ, ਨੂਰਾ ਸਿਸਟਰ, ਪੰਮਾ ਡੁਮੇਵਾਲ, ਗੁਲਸ਼ਨ ਮੀਰ, ਰੀਤੂ ਨੂਰਾ, ਗਿੰਨੀ ਮਾਹੀ, ਅਫਸਾਨਾ ਖਾਨ, ਗਗਨ ਥਿੰਦ, ਖੁਦਾ ਬਖਸ਼, ਵਿਜੇ ਹੰਸ, ਨਵ ਡੁਲੇਰੀਆ, ਬੱਬੂ ਸੂਫੀ, ਗਿੱਲ ਬ੍ਰਦਰਸ, ਅੰਮ੍ਰਿਤਸਰ ਵਾਲੇ ਮੱਖਣ ਸ਼ੇਰਪੁਰੀ, ਲਾਲ ਅਠੋਲੀ ਵਾਲਾ ਸ਼ਾਮਲ ਨੇ। ਡੇਰੇ ਵੱਲੋਂ ਆਯੂਰ ਨਿਰੋਗਧਾਮ ਅੰਮੀ ਹਸਪਤਾਲ ਦੀ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਆਯੂਰ ਨਿਰੋਗਧਾਮ ਅੰਮੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਮੌਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੇਲੇ ਵਿੱਚ ਪੰਜਾਬ ਭਰ ਵਿੱਚੋਂ ਵੱਖ ਵੱਖ ਡੇਰਿਆਂ, ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਉਚੇਚੇ ਤੌਰ ਤੇ ਪੁੱਜ ਰਹੇ ਨੇ।